ਤੇ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਚਰਚਾ ਕਰਾਂਗੇ ਕਿ ਕੈਪਟਨ ਸਰਕਾਰ ਦੇ ਇਸ 3 ਸਾਲ ਦੌਰਾਨ ਆਖਰ ਸਾਡੇ ਮਜ਼ਦੂਰ ਵਰਗ ਦੇ ਲਈ ਕੀ ਕੁਝ ਕੀਤਾ ਗਿਆ। ਮਜ਼ਦੂਰ ਵਰਗ ਸਾਡੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਦੇ ਵਿੱਚ ਇੱਕ ਅਹਿਮ ਯੋਗਦਾਨ ਦਿੰਦਾ ਹੈ, ਪਰ ਇਹਨਾਂ ਦੀਆਂ ਇੱਛਾਵਾਂ, ਇਹਨਾਂ ਦੀਆਂ ਜ਼ਰੂਰਤਾਂ, ਇਹਨਾਂ ਦਾ ਬੁਨਿਆਦੀ ਜੀਵਨ ਇੱਕ ਕਮੀ ਨਾਲ ਹਮੇਸ਼ਾ ਜੂਝਦਾ ਰਹਿੰਦਾ। ਸਮਾਜ 'ਚ ਸਨਮਾਨ ਤੇ ਅਧਿਕਾਰ ਇਹਨਾਂ ਦਾ ਵੀ ਉਹਨਾਂ ਹੀ ਹੱਕ ਹੈ ਤੇ ਇਹੀ ਹੱਕ ਦਿਵਾਉਣ ਦਾ ਕੰਮ ਕਰਦਾ ਮਜ਼ਦੂਰਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਲੇਬਰ ਕਾਰਡ। ਇਸ ਲੇਬਰ ਕਾਰਡ ਰਾਹੀਂ ਰਜਿਸਟਰਡ ਮਜ਼ਦੂਰਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ, ਜਾਂ ਫਿਰ ਕਹਿ ਲਈਏ ਕਿ ਸਹੂਲਤਾਂ ਦੇਣ ਦਾ ਸਰਕਾਰ ਦਾਅਵਾ ਕਰਦੀ ਹੈ, ਪਰ ਕੀ ਵਾਕਈ ਇਹਨਾਂ ਤੱਕ ਇਹ ਸਹੂਲਤਾਂ ਪਹੁੰਚਦੀਆਂ ਨੇ? ਕੀ ਇਹਨਾਂ ਦੇ ਜੀਵਨ ਦੇ ਪੱਧਰ ਤੇ ਸੁਧਾਰ ਹੁੰਦਾ? ਇਸ ਤੇ ਚਰਚਾ ਕਰਾਂਗੇ, ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ, ਪਰ ਉਸ ਤੋਂ ਪਹਿਲਾਂ ਇਹ ਖਾਸ ਰਿਪੋਰਟ ਵੇਖਦੇ ਹਾਂ। ਮਜ਼ਦੂਰ ਸਾਡੀ ਜ਼ਿੰਦਗੀ ਦੇ ਵਿੱਚ ਹੋਣ ਵਾਲੇ ਹਰ ਛੋਟੇ ਵੱਡੇ ਕੰਮ ਲਈ ਅਸੀਂ ਇਹਨਾਂ ਤੇ ਕਿੰਨਾ ਨਿਰਭਰ ਕਰਦੇ ਹਾਂ, ਪਰ ਸ਼ਾਇਦ ਇਹਨਾਂ ਦੀ ਅਹਿਮੀਅਤ ਨੂੰ ਜਾਣੇ ਅਣਜਾਣੇ ਅਣਗੌਲਿਆ ਕਰ ਜਾਂਦੇ ਹਾਂ। ਪਰ ਸਾਡੀ ਸਰਕਾਰ ਦੀ ਹਰ ਵਰਗ ਦੀ ਸਮਾਜਿਕ, ਆਰਥਿਕ ਤੇ ਵਿਦਿਅਕ ਵਿਕਾਸ ਦੀ ਵਚਨਬੱਧਤਾ ਤੇ ਇਸ ਪ੍ਰਤੀ ਹੋ ਰਹੇ ਅਣਥਕ ਪ੍ਰਯਾਸ ਲਗਾਤਾਰ ਜਾਰੀ ਨੇ। ਇਹੀ ਕਾਰਨ ਹੈ ਕਿ ਸਾਡੇ ਸਮਾਜ ਦੇ ਮਜ਼ਦੂਰ ਵਰਗ ਦੀ ਜ਼ਿੰਮੇਵਾਰੀ ਸਰਕਾਰ ਮੋਢੇ ਨਾਲ ਮੋਢਾ ਜੋੜ ਨਿਭਾ ਰਹੀ ਹੈ। ਸਰਕਾਰ ਦਾ ਮਜ਼ਦੂਰ ਕਾਰਡ ਜਿੱਥੇ ਕਿਸੇ ਦੀ ਧੀ ਪੁੱਤ ਨੂੰ ਪੜ੍ਹਾਉਣ ਦਾ ਸੁਪਨਾ ਹੋਵੇ, ਵਿਆਹੁਣ ਦਾ ਸੁਪਨਾ ਹੋਵੇ ਤੇ ਔਖੇ ਵੇਲੇ ਸਾਥ ਨਿਭਾਉਣ ਦਾ ਸੁਪਨਾ ਹੋਵੇ, ਹਰ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਸਹਾਰਾ ਦਿੰਦਾ ਤੇ ਹੌਸਲਾ ਬਣਦਾ। ਸਦਕੇ ਜਾਵਾਂ ਕੈਬਨਿਟ ਦੇ ਸਾਰੇ ਸਾਥੀਆਂ ਦੇ ਔਰ ਕੈਪਟਨ ਸਾਹਿਬ ਮੁੱਖ ਮੰਤਰੀ ਜੀ ਦੇ। ਮੈਂ ਪਹਿਲੀ ਅੱਜ ਤੋਂ 2 ਸਾਲ ਪਹਿਲਾਂ ਪਹਿਲੀ ਮੀਟਿੰਗ 'ਚ ਗਿਆ ਸੀਗਾ ਜਿੱਥੇ ਕਿਸਾਨਾਂ ਦਾ ਮਾਫ਼ ਕੀਤਾ ਜੀ। ਕਿਸਾਨ ਸਾਡੇ ਅੰਨਦਾਤਾ ਨੇ, ਬਿਲਕੁਲ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ, ਪਰ ਲੇਕਿਨ ਜਿਹੜੇ ਗਰੀਬ ਲੋਕ ਨੇ, ਐਸੀ ਕਾਰਪੋਰੇਸ਼ਨ ਆ, ਬੀ ਸੀ ਕਾਰਪੋਰੇਸ਼ਨ, ਕਿਸੇ ਨੇ 50,000 ਦਾ, ਕਿਸੇ ਨੇ 20,000 ਦਾ ਕਿੰਨਾ ਕਰਜ਼ਾ ਲਿਆ ਅਤੇ ਉਹ ਵੀ ਆਪਾਂ ਮਾਫ਼ ਕਰ ਦਈਏ। ਉਹਨਾਂ ਨੇ ਪਹਿਲੇ ਸੱਟ ਕਿਆ, ਕਹਿੰਦੇ ਕਰ ਦਿਉ। 52 ਕਰੋੜ ਰੁਪਈਆ ਐਸੀ ਬੀ ਸੀ ਕਾਰਪੋਰੇਸ਼ਨ ਦਾ ਅਸੀਂ ਮਾਫ਼ ਕੀਤਾ, 50,000 ਰੁਪਈਏ ਤੱਕ ਦਾ ਕਰਜ਼ਾ ਐਸੀ ਬੀ ਸੀ ਦਾ। ਇਹ ਗੱਲਾਂ ਕਰਨ ਸਿਖਾਲੀਆਂ ਔਖੇ ਪਾਲਣੇ ਬੋਲ, ਉਹ ਗੱਲਾਂ ਕਰਦੇ ਨੇ, ਅਸੀਂ ਬੋਲ ਪਕਾਉਂਦੇ ਹਾਂ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ। ਸੋ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਇਹ ਲੇਬਰ ਕਾਰਡ ਮਜ਼ਦੂਰਾਂ ਦੇ ਲਈ ਕਾਰਡ ਦੇ ਰੂਪ ਵਿੱਚ ਇੱਕ ਵੱਡੀ ਮਦਦ ਹੈ। ਇਸ ਲੇਬਰ ਕਾਰਡ ਰਾਹੀਂ ਰਜਿਸਟਰਡ ਮਜ਼ਦੂਰਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਨੇ, ਜਿਨ੍ਹਾਂ ਦਾ ਬਖਾਨ ਉਹਨਾਂ ਨੇ ਆਪਣੀ ਜ਼ੁਬਾਨੀ ਕੀਤਾ। ਮੇਰੇ ਬੇਟੇ ਦੇ ਥਾਂ ਲੱਗਦਾ ਸੀ ਤੇ ਉਹਨਾਂ ਦੀ ਕੰਮ ਕਰਦੇ ਦੌਰਾਨ ਮੌਤ ਹੋ ਗਈ ਤੇ ਉਹਨਾਂ ਦੇ 2 ਬੱਚੇ ਆ ਛੋਟੇ ਛੋਟੇ ਤੇ ਉਹਨਾਂ ਦਾ ਮੁਸ਼ਕਲ ਸੀਗਾ ਗੁਜ਼ਾਰਾ ਹੋਣਾ ਤੇ ਉਹਨਾਂ ਨੇ ਆਪਦੇ ਬੱਚਿਆਂ ਦੀ ਪੜ੍ਹਾਈ ਵੀ ਕਰਾਉਣੀ ਸੀਗੀ। ਇਸ ਕਰਕੇ ਇਹਨਾਂ ਲਾਭਪਾਤਰੀ ਕਾਰਡ 'ਤੇ ਉਹਨਾਂ ਦਾ ਬਣਿਆ ਹੋਇਆ ਸੀ ਅਤੇ ਡਾਕਟਰ ਹਰਜੋਤ ਸਿੰਘ ਕਮਲ ਉਹਨਾਂ ਦੇ ਦਫ਼ਤਰ ਗਏ, ਉਹਨਾਂ ਨੇ ਇਹਨਾਂ ਦੇ ਉਹ ਫਾਰਮ ਭਰੇ, ਫਾਈਲ ਬਣਾਈ ਅਤੇ ਚੰਡੀਗੜ੍ਹ ਭੇਜੀ। ਉੱਥੋਂ ਇਹਨਾਂ ਨੂੰ ਲਾਭ ਮਿਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਗਰੀਬਾਂ ਦੀ ਮਦਦ ਕੀਤੀ। ਅਤੇ ਇਹ ਅਪਲਾਈ ਅਸੀਂ ਕੀਤਾ ਸੀ ਸਰਪੰਚ ਸਾਹਿਬ ਦੇ ਥਰੂ ਵਿੱਚ, ਉਹਨਾਂ ਨੇ ਸਾਡੇ ਫਾਰਮ ਵਗੈਰਾ ਉਹਨਾਂ ਨੇ ਭਰੇ ਸੀਗੇ ਅਤੇ ਸਾਨੂੰ ਅਪਲਾਈ ਵੀ ਉਹਨਾਂ ਨੇ ਕੀਤਾ ਸੀਗਾ। ਹਾਂਜੀ, ਮੇਰਾ ਨਾਮ ਹੈ ਸਤਪਾਲ, ਮੈਂ ਲਿਆ ਸੀ ਰੈਡੀਮੇਡ ਕਰਨ ਵਾਸਤੇ, ਨਾਲ ਦਰਜੀਆਂ ਕੰਮ ਵੀ ਕਰਨਾ ਮੈਂ, ਉਹਦੇ ਵਾਸਤੇ ਸਕੀਮ ਬਹੁਤ ਵਧੀਆ ਅਤੇ ਕਹਿੰਦੇ ਅਸੀਂ ਤਾਂ ਚਲੋ ਹੋਰ ਭਰਾ ਵੀ ਜੇ ਇਹ ਲੋਨ ਲੈਣ ਤਾਂ ਆਪਣਾ ਕਾਰੋਬਾਰ ਚਲਾ ਸਕਦੇ ਹਾਂ। ਮਤਲਬ ਕਿ ਇੱਕ ਸਰਕਾਰ ਦੀ ਬਹੁਤ ਵਧੀਆ ਸਕੀਮ ਹੈਗੀ ਆ, ਇਹਦਾ ਗਰੀਬ ਪਰਿਵਾਰ ਜਿਹੜੇ ਹੈਗੇ ਉਹਨਾਂ ਨੂੰ ਇੱਕ ਬਹੁਤ ਜ਼ਿਆਦਾ ਫਾਇਦਾ ਹੁੰਦਾ, ਕਿਉਂਕਿ ਗਰੀਬ ਪਰਿਵਾਰ ਲਈ 1,000 ਰੁਪਏ ਬਹੁਤ ਜ਼ਿਆਦਾ
ਤੇ ਉਹ ਦੋਨੇ ਪਰਿਵਾਰਾਂ ਨੂੰ 21,000 ਰੁਪਈਆ ਜਿਹੜਾ ਮਿਲ ਚੁੱਕਿਆ ਅਤੇ ਇਸ 21,000 ਆਸ਼ੀਰਵਾਦ ਸਕੀਮ ਨਾਲ ਆਉਣ ਨਾਲ ਦੋਨੇ ਪਰਿਵਾਰ ਜਿਹੜੇ ਬੜੇ ਖੁਸ਼ ਨੇ। ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ, ਲੋਕਾਂ ਦਾ ਬੜਾ ਧਿਆਨ ਰੱਖ ਰਹੀ ਹੈ ਅਤੇ ਵਧੀਆ ਚੱਲ ਰਹੀ ਹੈ। ਲੇਬਰ ਕਾਪੀ ਹੈ ਜਿਹਦੇ ਵਿੱਚ ਆਪਾਂ ਨੂੰ 6,000, ਮੇਰੀ ਬੇਟੀ ਪੜ੍ਹਦੀ ਹੈ ਸਕੂਲ 'ਚ, ਉਹਨੂੰ 6,000 ਰੁਪਏ ਮਿਲਿਆ ਸੀਗਾ। ਅੱਛਾ ਜੀ, ਵਜ਼ੀਫੇ ਦੇ ਤੌਰ 'ਤੇ ਕੋਈ ਮੁਸ਼ਕਿਲਾਂ ਸਾਹਮਣਾ ਕੋਈ ਕਰਨਾ ਪਿਆ? ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ, ਬੜੀ ਆਸਾਨੀ ਨਾਲ ਮਿਲੀ ਹੈ। ਸਾਨੂੰ ਯਾਤਰਾ ਦੇ ਫਾਰਮ ਭਰੇ ਸੀ। ਕਿਸ ਚੀਜ਼ 'ਚ? ਯਾਤਰਾ ਲੇਬਰ ਡਿਪਾਰਟਮੈਂਟ ਤੋਂ ਅਸੀਂ ਯਾਤਰਾ ਫਾਰਮ ਭਰਿਆ, ਸਾਨੂੰ 2,000 ਰੁਪਏ ਅਕਾਊਂਟ ਜਾ ਗਏ ਸੀਗੇ। ਅਸੀਂ ਬੱਚਿਆਂ ਨਾਲ ਪੂਰੀ ਯਾਤਰਾ ਕਰਕੇ ਆਏ। ਸਰਕਾਰ ਦਾ ਧੰਨਵਾਦ ਕਰਦੇ ਹਾਂ ਕੈਪਟਨ ਸਾਹਿਬ ਦਾ ਕਿ ਪਹਿਲਾਂ ਲਾਭ ਮਿਲਿਆ, ਸਾਨੂੰ ਅੱਗੇ ਨੂੰ ਲਾਭ ਮਿਲੇ। ਸੋ ਸਰਕਾਰ ਨੇ ਇਹਨਾਂ 3 ਸਾਲਾਂ ਦੇ ਵਿੱਚ ਇਸ ਨੂੰ ਯਕੀਨੀ ਬਣਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ ਕਿ ਕਿਸੇ ਵੀ ਲੋੜਵੰਦ ਤੱਕ ਜਿੱਥੋਂ ਤੱਕ ਹੋ ਸਕੇ ਸਰਕਾਰ ਦੀਆਂ ਇਹਨਾਂ ਸਕੀਮਾਂ ਦਾ ਲਾਭ ਪਹੁੰਚੇ।